ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ, ਧੰਨਤਾ ਦੇ ਯੋਗ ਹੋ ਜੋ ਆਪ ਸਾਹਿਬੇ ਕਮਾਲ ਸ਼ਾਹੀ ਸ਼ਹਿਨਸ਼ਾਹ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹਨਾਂ ਦੇ ਪਾਵਨ ਪਵਿੱਤਰ ਤਪ ਅਸਥਾਨ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਏ ਹੋ। ਸਮੂਹ ਮੈਨੇਜਮੈਂਟ ਟਰੱਸਟ ਸਮੂਹ ਸੇਵਾਦਾਰਾਂ ਵੱਲੋਂ ਆਪ ਜੀ ਨੂੰ ਜੀਓ ਆਇਆਂ ਧੰਨਵਾਦ। ਕਿਸੇ ਵੀ ਗੁਰਮੁਖ ਪਿਆਰੇ ਨੇ ਸ਼ਾਰਟਕੱਟ ਰਸਤੇ 'ਤੇ ਨਹੀਂ ਚੱਲਣਾ, ਜੋ ਰਸਤੇ ਬਣਾਏ ਗਏ ਹਨ ਉਹਨਾਂ ਰਸਤਿਆਂ 'ਤੇ ਚੱਲਣ ਦੀ ਕਿਰਪਾਲਤਾ ਕਰਨੀ ਹੈ ਜੀ। ਗੁਰੂ ਕੇ ਲੰਗਰਾਂ ਬਿਲਡਿੰਗਾਂ ਦੀ ਭਾਈ ਸੇਵਾ ਚੱਲ ਰਹੀ ਹੈ, ਸਤਿਗੁਰਾਂ ਦਾ ਬਚਨ ਹੈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦੇ ਹੋਏ ਸੇਵਾ ਵਿੱਚ ਹਿੱਸੇ ਪਾਉਣੇ ਹੋਣ, ਸੇਵਾਦਾਰ ਵੀਰ ਦਰਬਾਰ ਵਿੱਚ ਬੈਠੇ ਹਨ, ਆਪ ਮਾਇਆ ਭੇਟਾ ਜਮ੍ਹਾਂ ਕਰਵਾ ਸਕਦੇ ਹੋ। ਮਾਇਆ ਭੇਟਾ ਜਮ੍ਹਾਂ ਕਰਵਾ ਕੇ ਆਪਣੀਆਂ ਰਸੀਦਾਂ ਜ਼ਰੂਰ ਚੈੱਕ ਕਰ ਲੈਣੀਆਂ ਹਨ, ਉਹਨਾਂ ਰਸੀਦਾਂ ਦੇ ਨਾਲ ਆਪ ਜੀ ਨੂੰ ਗੁਰੂ ਘਰ ਤੋਂ ਬਖਸ਼ਿਸ਼ ਕੀਤਾ ਹੋਇਆ ਸਿਰੋ ਪਾਓ ਅਤੇ ਪਿੰਨੀ ਪ੍ਰਸ਼ਾਦ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਤੋਂ ਪ੍ਰਾਪਤ ਹੋਵੇਗਾ। ਜਿਸ ਕਿਸੇ ਨੇ ਵੱਧ ਪ੍ਰਸ਼ਾਦ ਲੈਣਾ ਹੈ ਤਾਂ ਉਸਦੀ ਪਰਚੀ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਵਿਖੇ ਹੀ ਕੱਟੀ ਜਾਂਦੀ ਹੈ। ਰਸਤੇ ਵਿੱਚ ਸਫਾਈ ਦਾ ਗੁਰਮੁਖ ਪਿਆਰਿਓ ਖਾਸ ਧਿਆਨ ਰੱਖਣਾ ਹੈ। ਜੋ ਆਪ ਜੀ ਕੋਲ ਬੋਤਲਾਂ ਹਨ, ਬਰਸਾਤੀਆਂ ਹਨ, ਉਹਨਾਂ ਨੂੰ ਡਸਟਬਿਨ ਵਿੱਚ ਹੀ ਪਾਉਣ ਦੀ ਕਿਰਪਾਲਤਾ ਕਰਨੀ ਹੈ। ਅਤੇ ਸਰੋਵਰ ਦੇ ਕੰਢੇ 'ਤੇ ਵੀ ਕਿਸੇ ਗੁਰਮੁਖ ਪਿਆਰੇ ਨੇ ਆਪਣੇ ਗਿੱਲੇ ਬਸਤਰ ਨਹੀਂ ਛੱਡ ਕੇ ਜਾਣੇ, ਉਹਨਾਂ ਨੂੰ ਭਾਈ ਨਾਲ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਜਿਸ ਕਿਸੇ ਨੇ ਕੋਈ ਖੱਚਰ ਕਾਂਡੀ ਡਾਂਡੀ ਜਾਂ ਕੋਈ ਦੁਕਾਨ ਤੋਂ ਸਮਾਨ ਲੈਣਾ ਹੈ ਤਾਂ ਉਸ ਨਾਲ ਪਹਿਲਾਂ ਰੇਟ ਜ਼ਰੂਰ ਤੈਅ ਕਰ ਲੈਣਾ ਹੈ ਤਾਂ ਕਿ ਬਾਅਦ ਵਿੱਚ ਕੋਈ ਝਗੜੇ ਦਾ ਕਾਰਨ ਨਾ ਬਣੇ। ਸਾਰੇ ਹੀ ਵੀਰਾਂ ਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ, 1:15 ਤੱਕ ਲਾਈਵ ਟੈਲੀਕਾਸਟ ਚੱਲ ਰਿਹਾ ਹੈ, ਕੋਈ ਵੀ ਗੁਰਮੁਖ ਪਿਆਰਾ ਆਪਣੇ ਮੋਬਾਈਲ ਕੈਮਰੇ ਨਾਲ ਨਾ ਵੀਡੀਓ ਬਣਾਵੇ ਨਾ ਫੋਟੋਆਂ ਖਿੱਚੇ। ਜਦੋਂ ਦੀਵਾਨ ਦੀ ਸਮਾਪਤੀ ਹੋ ਜਾਏਗੀ ਉਦੋਂ ਭਾਈ ਆਪ ਫੋਟੋਆਂ ਖਿੱਚ ਸਕਦੇ ਹੋ, ਮੂਵੀ ਬਣਾ ਸਕਦੇ ਹੋ। ਸਰਦਾਰ ਬਲਵਿੰਦਰ ਸਿੰਘ ਜੋ ਦਿੱਲੀ ਤੋਂ ਆਏ ਹੋਏ ਹਨ ਸਰੂਪ ਨਗਰ ਤੋਂ, ਉਹ ਜਿੱਥੇ ਵੀ ਆਵਾਜ਼ ਸੁਣਦੇ ਹੋਣ ਆਪਣੇ ਪੁੱਤਰ ਜਸ਼ਨਪ੍ਰੀਤ ਨੂੰ ਮੈਨੇਜਰ ਸਾਹਿਬ ਦੇ ਦਫ਼ਤਰ ਵਿੱਚੋਂ ਮਿਲ ਸਕਦੇ ਹਨ। ਸਰਦਾਰ ਬਲਵਿੰਦਰ ਸਿੰਘ ਦਿੱਲੀ ਸਰੂਪਨਗਰ ਤੋਂ ਆਏ ਹੋਏ ਹਨ, ਉਹ ਜਿੱਥੇ ਵੀ ਆਵਾਜ਼ ਸੁਣਦੇ ਹੋਣ ਆਪਣੇ ਪੁੱਤਰ ਜਸ਼ਨਪ੍ਰੀਤ ਨੂੰ ਮੈਨੇਜਰ ਸਾਹਿਬ ਦੇ ਦਫ਼ਤਰ ਵਿੱਚੋਂ ਮਿਲ ਸਕਦੇ ਹਨ। ਹੋਈਆਂ ਭੁੱਲਾਂ ਦੀ ਖਿਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।